ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਦੇਖੋ, ਇੱਧਰ ਛਬੀਲ ਦਾ ਜਲ ਤਿਆਰ ਕੀਤਾ ਜਾ ਰਿਹਾ, ਸੰਗਤਾਂ ਨੂੰ ਛਕਾਇਆ ਜਾ ਰਿਹਾ, ਪਿੰਡ ਪਖਾਣੇ। ਇੱਧਰ ਦੇਖੋ ਜੀ, ਸੇਵਾਦਾਰ ਸੇਵਾ ਕਰ ਰਹੇ ਨੇ, ਆਹ ਦੁੱਧ ਦੀ ਸੇਵਾ। ਸਤਨਾਮ ਵਾਹਿਗੁਰੂ। ਔਰ ਇੱਧਰ ਛਬੀਲ ਤਿਆਰ ਹੋ ਚੁੱਕੀ ਹੈ, ਜੋ ਕਿ ਸੰਗਤਾਂ ਨੂੰ ਛਕਾਈ ਜਾ ਰਹੀ ਹੈ। ਪਿੰਡ ਪਖਾਣਾ ਗੁਰਦੁਆਰਾ ਸਾਹਿਬ ਦੇ ਬਾਹਰ ਹੀ। ਇੱਧਰ ਦੇਖੋ, ਅਵੀਰ ਜੀ ਕੀ ਤਿਆਰ ਕਰ ਰਹੇ ਹੋ? ਇੱਧਰ ਜਲਜੀਰੇ ਦਾ ਪ੍ਰਸ਼ਾਦ ਤਿਆਰ ਕੀਤਾ ਜਾ ਰਿਹਾ ਸੰਗਤ ਜੀ। ਆਹ ਦੇਖੋ, ਇਹ ਪੁਦੀਨਾ ਹੈ, ਇਹ ਪੁਦੀਨਾ, ਪੁਦੀਨਾ ਤੇ ਇਮਲੀ, ਪੁਦੀਨਾ ਤੇ ਇਮਲੀ ਜੋ ਕਿ ਸਾਡੇ ਵੀਰ ਜੀ ਤਿਆਰ ਕਰ ਰਹੇ ਨੇ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ। ਕਦੋਂ ਲਾਈ ਸੀ ਸੇਵਾ? ਸਵੇਰੇ ਲਾਈ ਸੀ। ਕਿੰਨੇ ਵਜੇ? 9 ਵਜੇ। ਸਤਨਾਮ ਵਾਹਿਗੁਰੂ। ਇੱਧਰ ਬੋਤਲਾਂ ਵੀ ਭਰ ਕੇ ਦਿੱਤੀਆਂ ਜਾ ਰਹੀਆਂ ਨੇ, ਮਿੱਠੇ ਠੰਡੇ ਜਲ ਦੀ ਛਬੀਲ। ਸੰਗਤ ਜੀ ਇੱਧਰ ਬਰਤਨ ਵੀ ਧੋਏ ਜਾ ਰਹੇ ਆ। ਆਹ ਦੇਖੋ ਜੀ, ਜੋ ਕਿ ਸੇਵਾਦਾਰ ਸੇਵਾ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਬਾਬਾ ਜੀ। ਅੱਛਾ ਜੀ, ਇਸ ਕਰਕੇ ਲਾਈ ਹੈ ਸੰਗਤਾਂ ਨੇ ਠੰਡੇ ਜਲ ਦੀ ਛਬੀਲ। ਸੰਗਤ ਜੀ ਦੇਖੋ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਵਸ ਵਾਲੇ ਦਿਨ ਪਿੰਡ ਵਿੱਚ ਛਬੀਲ ਲਗਾਈ ਗਈ ਹੈ, ਜੋ ਕਿ ਪਿੰਡ ਵਾਲੇ ਸੇਵਾ ਕਰ ਰਹੇ ਨੇ। ਸਤਨਾਮ ਵਾਹਿਗੁਰੂ। ਸੰਗਤ ਜੀ, ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ, ਪਿੰਡ ਪਖਾਣਾ। ਸਤਨਾਮ ਵਾਹਿਗੁਰੂ। ਸੰਗਤ ਜੀ, ਨਿਸ਼ਾਨ ਸਾਹਿਬ ਦੇ ਦਰਸ਼ਨ ਕਰੋ। ਸਤਨਾਮ ਵਾਹਿਗੁਰੂ। ਸੰਗਤ ਜੀ ਇੱਧਰ ਦੇਖੋ, ਜੋ ਕਿ ਹੁਣ ਜਲਜੀਰਾ ਤਿਆਰ ਕੀਤਾ ਜਾ ਰਿਹਾ। ਸਤਨਾਮ ਵਾਹਿਗੁਰੂ। ਜੋ ਕਿ ਵੀਰ ਸਾਡੇ ਸੇਵਾ ਕਰ ਰਹੇ ਨੇ ਜਲਜੀਰਾ। ਇੱਧਰ ਬੂੰਦੀ ਵੀ ਹੈ, ਜੋ ਕਿ ਜਲਜੀਰੇ ਵਿੱਚ ਪਾਈ ਜਾਏਗੀ। ਸੰਗਤ ਜੀ, ਸਤਨਾਮ ਵਾਹਿਗੁਰੂ। ਸੰਗਤ ਜੀ, ਇੱਧਰ ਸਮੋਸਿਆਂ ਦਾ ਪ੍ਰਸ਼ਾਦ ਵੀ ਹੈਗਾ, ਜੋ ਕਿ ਸੰਗਤਾਂ ਨੂੰ ਵਰਤਾਇਆ ਜਾ ਰਿਹਾ। ਨਾਲ ਛਬੀਲ ਦੀ ਸੇਵਾ ਚੱਲ ਰਹੀ ਹੈ। ਸੰਗਤ ਜੀ ਦੇਖੋ,